ਅੱਜ ਇੰਟਰਨੈਸ਼ਨਲ ਯੋਗਾ ਡੇ ਵੀ ਹੈ, ਤੋ ਅੱਜ ਇੱਥੇ ਸਾਡੇ ਨਾਲ ਜਿਹੜੇ ਹਨ ਲੋਕਲ ਇੱਕ ਜੋ ਸੀ ਬੀ ਇਨਫੋਟੈਕ ਇੰਸਟੀਟਿਊਟ ਹੈ ਉਹਨਾਂ ਦੇ ਬੱਚੇ ਹੈਗੇ, ਉਹਨਾਂ ਦੇ ਜਿਹੜੇ ਮੈਨੇਜਮੈਂਟ ਹੈਗੀ ਉਹ ਹੈ ਸਾਡੇ ਨਾਲ। ਉਹਨਾਂ ਨੇ ਬੜਾ ਹੀ ਚੰਗਾ ਉਪਰਾਲਾ ਵੀ ਲਿਆ ਸੀ ਕਿ ਉਹਨਾਂ ਨੇ ਕਿਹਾ ਸੀ ਪੁਲਿਸ ਨੂੰ ਆ ਕੇ ਕਿ ਵੀ ਅਸੀਂ ਆਪਣੇ ਲੈਵਲ 'ਤੇ ਆਪਣੇ ਇੰਸਟੀਟਿਊਟ ਦੇ ਲੈਵਲ 'ਤੇ ਵੀ ਪੁਲਿਸ ਦੀ ਹੈਲਪ ਨਾਲ ਕਰਨਾ ਚਾਹੁੰਦੇ ਹਨ, ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਦੀ ਪੁਲਿਸ ਦੀ ਮੁਹਿੰਮ ਹੈ ਉਹਦਾ ਹਿੱਸਾ ਬਣ ਕੇ। ਸੋ ਉਹਨਾਂ ਨੇ ਅੱਜ ਬੜਾ ਹੀ ਇੰਟਰਨੈਸ਼ਨਲ ਯੋਗਾ ਡੇ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ, ਸਾਨੂੰ ਸਿਹਤਮੰਦ ਹੋਣ ਦਾ ਸੰਦੇਸ਼ ਵੀ ਦਿੰਦਾ। ਇਹਨਾਂ ਨੇ ਇੱਕ ਮਾਰਚ ਵੀ ਕੱਢਿਆ ਜਿਸ ਦੇ ਵਿੱਚ ਪੁਲਿਸ ਫੋਰਸ ਵੀ ਇਹਨਾਂ ਦੇ ਨਾਲ ਹੈਗੀ, ਐਂਡ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇੱਕ ਯੂਨੀਕ ਇਨੀਸ਼ੀਏਟਿਵ ਹੈ, ਸਾਰੇ ਐਜੂਕੇਸ਼ਨ ਇੰਸਟੀਟਿਊਟਸ ਜਾਂ ਆਪਣੇ ਜਿਹੜੇ ਬਾਕੀ ਔਰਗਨਾਈਜੇਸ਼ਨਸ ਹੁੰਦੇ ਆ, ਵਪਾਰ ਮੰਡਲ ਹੋ ਗਿਆ, ਹੋਰ ਵੀ ਸਮਾਜਿਕ ਔਰ ਜਿਹੜੇ ਐਨ ਜੀ ਓਜ਼ ਹੈਗੇ, ਸੰਸਥਾਵਾਂ ਜਿੰਨੀ ਵੀ ਹੈ, ਉਹ ਅੱਗੇ ਹੋ ਕੇ ਪੁਲਿਸ ਦਾ ਸਾਥ ਦੇਣ, ਕਿਉਂਕਿ ਇਹ ਇੱਕ ਸਾਡੀ ਸਮਾਜਿਕ ਲੜਾਈ ਵੀ ਹੈ। ਅਸੀਂ ਇਹਨੂੰ ਇੱਕ ਕ੍ਰਾਈਮ ਫਰੰਟ ਤੋਂ ਡੀਲ ਕਰ ਹੀ ਰਹੇ ਹਾਂ, ਕਿਉਂਕਿ ਇਹਦੇ ਵਿੱਚ ਜਿਹੜਾ ਵਿਕਟਿਮ ਹੈਗਾ ਉਹ ਅਲਟੀਮੇਟਲੀ ਆਪਣਾ ਹੀ ਬੱਚਾ ਹੁੰਦਾ, ਉਹ ਆਪਣੇ ਸਮਾਜ ਦਾ ਬੱਚਾ ਹੁੰਦਾ ਜੋ ਕਿ ਮਿਸਗਾਈਡ ਹੋ ਕੇ ਕਿਤੇ ਨਾ ਕਿਤੇ ਕੋਈ ਨਸ਼ਾ ਜਾਂ ਕੋਈ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ। ਤੋ ਉਹਨੂੰ ਦੂਰ ਕਰਨ ਦੇ ਲਈ ਅਵੇਅਰਨੈਸ ਫੈਲਾਉਣਾ ਬੜਾ ਹੀ ਇੰਪੋਰਟੈਂਟ ਹੈ, ਔਰ ਵਿਜੀਲੈਂਟ ਰਹਿਣਾ, ਅਲਰਟ ਰਹਿਣਾ ਬੜਾ ਹੀ ਇੰਪੋਰਟੈਂਟ ਹੈ ਕਿ ਆਪਣੇ ਨਾਲ ਦਾ ਮੁੰਡਾ ਜਿਹੜਾ ਜਾਂ ਫਿਰ ਆਪਣਾ ਸਾਥੀ ਹੈ ਉਹਦੀ ਬਿਹੇਵੀਅਰਲ ਚੇਂਜਸ ਹੋ ਰਹੀ ਹੈ, ਉਹ ਡਿਪਰੈਸ਼ਨ ਦੇ ਵਿੱਚ ਹੈਗਾ ਜਾਂ ਉਹਨੂੰ ਕੋਈ ਹੋਰ ਪ੍ਰੋਬਲਮ ਹੈ, ਔਰ ਉਹ ਕਿਸ ਸੰਗਤ ਦੇ ਵਿੱਚ ਹੈਗਾ, ਉਹ ਕੋਈ ਹੋਰ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤੋਂ ਨਹੀਂ ਕਰ ਰਿਹਾ। ਤੋ ਇਸ ਸਾਰੀ ਚੀਜ਼ ਨੂੰ ਉਹੀ ਬੰਦਾ ਦੇਖ ਸਕਦਾ ਜੋ ਉਹਦਾ ਸਾਥੀ, ਉਹਦਾ ਸਹਾਇਕ ਹੋਏ, ਜਾਂ ਕੋਈ ਅਗਰ ਸ਼ੋਪ ਓਨਰ ਹੈ ਉਹਨਾਂ ਦੇ ਆਪਣੇ ਕਲਾਇੰਟ ਆਪਣੇ ਉਹ ਹੈਗੇ ਵਰਕਰਸ ਹੈ। ਸੋ ਇਹ ਇੱਕ ਜੁਆਇੰਟ ਮੁਹਿੰਮ ਹੈ, ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਉਹ ਪੁਲਿਸ ਦੇ ਨਾਲ ਖੜਕਰ ਇਸ ਜਿਹੜੀ ਇਹ ਲੜਾਈ ਹੈ ਇਹਨੂੰ ਜਿੱਤਣ ਦੇ ਵਿੱਚ ਸਾਡੀ ਹੈਲਪ ਕਰਨ। ਨਹੀਂ, ਇਹ ਬੜਾ ਤੁਸੀਂ ਬੜਾ ਇੰਪੋਰਟੈਂਟ ਗੱਲ ਕਹਿ ਰਹੇ ਹੋ, ਕਿਉਂਕਿ ਇਹ ਜਿਹੜੇ ਇੰਸਟੀਟਿਊਟਸ ਹੈ, ਐਜੂਕੇਸ਼ਨ ਇੰਸਟੀਟਿਊਟਸ ਹੈ, ਟ੍ਰੇਨਿੰਗ ਇੰਸਟੀਟਿਊਟਸ ਹੈ, ਇੱਥੇ ਯੂਥ ਆਉਂਦਾ। ਤੋ ਯੂਥ ਜਦੋਂ ਵੀ ਆਉਂਦਾ, ਲਾਸਟ ਈਅਰ ਵੀ ਮੈਨੂੰ ਯਾਦ ਹੈ ਕਿ ਜਦੋਂ ਮਿਸ਼ਨ ਨਿਸ਼ਚੈ ਆਪਣਾ ਚੱਲ ਰਿਹਾ ਸੀ, ਉਸ ਟਾਈਮ 'ਤੇ ITI ਦੇ ਵਿੱਚ ਅਸੀਂ ਜਾ ਕਰ ਮੀਟਿੰਗਸ ਕੀਤੀ ਸੀ, ਕਾਲਜ ਸਕੂਲਸ ਦੇ ਵਿੱਚ ਵੀ ਕੀਤੀ ਸੀ। ਟ੍ਰੇਨਿੰਗ ਇੰਸਟੀਟਿਊਟ ਦੇ ਵਿੱਚ ਉਹ ਯੂਥ ਹੁੰਦਾ ਹੈ ਜੋ ਕਿ ਅੱਗੇ ਜਾ ਕੇ ਨੌਕਰੀ ਵੀ ਕਰਦਾ ਹੈ, ਦੇਸ਼ ਦੇ ਜਿਹੜਾ ਇੱਕ ਇੰਪਲੋਇਮੈਂਟ ਜਨਰੇਸ਼ਨ ਦੇ ਵਿੱਚ ਉਹ ਪਾਰਟੀਸਿਪੇਟ ਕਰਦਾ ਹੈ, ਔਰ ਡਿਵਲਪਮੈਂਟ ਦੇ ਵਿੱਚ ਉਹਦਾ ਯੋਗਦਾਨ ਹੁੰਦਾ, ਔਰ ਜਿਹੜੇ ਨਸ਼ੇ ਦੇ ਕਾਰੋਬਾਰੀ ਉਹ ਇਹਨਾਂ ਨੂੰ ਹੀ ਟਾਰਗੇਟ ਕਰਦੇ ਆ। ਤੋ ਇਹ ਬੜਾ ਇੰਪੋਰਟੈਂਟ ਹੈ ਕਿ ਇਸ ਤਰ੍ਹਾਂ ਦੇ ਬਾਕੀ ਇੰਸਟੀਟਿਊਟਸ ਵੀ ਜੋ ਹੈ ਉਹ ਆਪਣੇ ਕਰੀਕੁਲਮ ਦੇ ਵਿੱਚ, ਆਪਣੇ ਸ਼ਡਿਊਲ ਦੇ ਵਿੱਚ ਇਸ ਚੀਜ਼ ਨੂੰ ਇਨਕੋਰਪੋਰੇਟ ਕਰੇ, ਤਾਂ ਕਿ ਜਿੰਨਾ ਅਵੇਅਰਨੈਸ ਆਪਾਂ ਹਰ ਲੈਵਲ 'ਤੇ ਫੈਲਾਵਾਂਗੇ, ਜਿੰਨਾ ਅਵੇਅਰਨੈਸ ਇਹਨਾਂ ਦੇ ਅਗੇਂਸਟ ਫੈਲਾਵਾਂਗੇ ਕਿ ਬਈ ਇਹ ਇਸ ਤੋਂ ਦੂਰ ਰਹਿਣਾ ਹੈ, ਔਰ ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ, ਚਾਹੇ ਉਹ ਪ੍ਰਿੰਟ ਮੀਡੀਆ ਦੇ ਥਰੂ, ਚਾਹੇ ਉਹ ਆਪਾਂ ਅਵੇਅਰਨੈਸ ਸੈਮੀਨਾਰ ਦੇ ਥਰੂ, ਉਨਾ ਹੀ ਸਾਡੇ ਲਈ ਚੰਗਾ ਹੈ। ਹਾਂਜੀ, ਨਹੀਂ ਉੱਥੇ ਵੀ ਸਰਚ ਕੀਤੀ ਗਈ ਹੈ, ਸਾਨੂੰ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਪੁਆਇੰਟ ਆਫ ਸੇਲ ਹੈ ਉੱਥੇ ਕਰ ਰਹੇ ਹਾਂ, ਉਹ ਪੁਆਇੰਟ ਆਫ ਸੇਲ 'ਤੇ ਅਸੀਂ ਕਾਫੀ ਸਾਰੀ FIR ਰਜਿਸਟਰ ਕੀਤੀ ਹੈ, ਮੋਰ ਦੈਨ 6-7 FIR ਜੋ ਹੈ ਅਸੀਂ 2 ਦਿਨ ਦੇ ਵਿੱਚ ਕਰ ਚੁੱਕੇ ਹਾਂ, ਜਿੱਥੇ ਛੋਟੇ ਛੋਟੇ ਅਮਾਊਂਟ ਜਿਹੜਾ ਹੁੰਦਾ, ਕਿਉਂਕਿ ਉਹ ਇੱਕ ਤਰ੍ਹਾਂ ਸੇ ਰਿਟੇਲ ਵਿਕਰੀ ਹੈ ਉਹ, ਕਿ ਉਹ ਬੰਦਾ ਜਿਹੜਾ ਉਹ ਨਿਕਲ ਕੇ ਆਪਣੇ ਗਲੀ ਦੇ ਵਿੱਚ ਹੀ ਵੰਡ ਰਿਹਾ ਹੈ ਜਾਂ ਉਹ ਮੁਹੱਲੇ ਦੇ ਵਿੱਚ ਜਾ ਕੇ ਬਾਂਟ ਰਿਹਾ, ਤਾਂ ਉਹਨਾਂ ਨੂੰ ਅਸੀਂ ਫੜ ਰਹੇ ਹਾਂ, ਉਹਨਾਂ ਤੋਂ ਸਾਨੂੰ ਮਾਈਨਰ ਰਿਕਵਰੀਜ਼ ਵੀ ਹੋ ਰਹੀਆਂ। ਸਾਡਾ ਮੇਨ ਫੋਕਸ ਹੈ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਕਿ ਵੀ ਉਹ ਜਿਹੜੇ ਗਲੀਆਂ ਦੇ ਵਿੱਚ ਹੈਗਾ ਉਹਨੂੰ ਗਲੀਆਂ ਤੋਂ ਕੰਟਰੋਲ ਵੀ ਕੀਤਾ ਜਾ ਸਕਦਾ, ਉਹਨਾਂ ਨੂੰ ਉੱਥੋਂ ਬਾਹਰ ਵੀ ਕੱਢਿਆ ਜਾ ਸਕਦਾ।